ਜੀ ਜੋੜੀ ਬਣਾਈ ਨੂੰ ਵਲਵਲ ਗਈ ਨੂੰ ਬਰਾਬਰ ਮੈਂ ਡਾਂਸ ਬਰਾਬਰ ਮੈਂ ਡਾਇਲੋਗ ਨੂੰ ਤੜਕਾ ਦਾ ਸੋਦਾ ਚੱਲ ਰਿਹਾ ਹੈ ਅੱਛਾ ਇਹ ਬਿਲਕੁਲ ਹੈ ਜੁਗਰਾਬੇ ਜੰਪ ਮਾਰਾ ਨੀ ਵਾ ਡਬਲ ਜੰਪ ਮਾਰਾ ਇਹ ਸਪੈਸ਼ਲ ਲੁਧਿਆਣਾ ਦੇਖਣ ਵਾਲੇ ਸਾਰੇ ਦਰਸ਼ਕਾਨਾ ਸਤੀਸ ਜਣੋਦਾ ਕੀ ਰਾਮ ਰਾਮ ਫਿਲਹਾਲ ਬੈਠਿਆ ਪਏ ਨਰਵਾਣਾ ਮੈਂ ਅਰੇ ਕਿ ਵਾ ਇੱਕ ਚੱਲਣਾ ਬੈਸ ਤਰੀਆਣਾ ਅਰ ਮੇਰੇ ਪਾਸ ਮੈਂ ਬੈਠੇ ਵਈ ਸਾਹ ਕੋਣ ਹੈ ਜੀ ਤੋਂ ਨਹੀਂ ਜਾਣਦਾ ਉਮੀਤ ਬੋਸ ਨਰਵਾਣਾ ਅਰ ਕਿਹਾਦਾ ਵਰਲਡ ਮੈਂ ਬਜਾਣਾ ਬਜਾਣਾ ਬੜਾ ਫੇਮਸ ਡਾਇਲੋਗ ਹੈ ਬਾਈ ਦਾ আর بھائی ਕੀ ਵਿਸਾਦੀ ਹੈ ਬਹੁਤ ਖੁਆਇਸ਼ ਸੀ ਬਹੁਤ ਚਾਹੁੰਦਾ ਕਿ ਯੂਟਿਊਬਰਾਂ ਕੀ ਖੁਆਇਸ਼ ਰਾਕਦੀ ਭਾਈ ਅਮੀਤ ਬੋਸ ਕਦ ਵਿਆਹ ਕਰਾ ਕਦ ਵਿਆਹ ਕਰਾਗਾ ਉਹ ਟਾਈਮ ਆਇਆ ਗਿਆ और भाई तो बात करांगे पूछेंगे सारी बात सब तो मेरा राम राम भी हो राम राम जी भाई साहब बहुत-बहुत धन्यवाद आपका दिल की गहराइयों से शादी कल की आज इंटरव्यू देने लग रहे हैं इतना बिजी शेड्यूल में से ये ये सब बात सबसे बड़ी बात है भाई कल की शादी हर इंटरव्यू देने लग रहे हैं टाइम काण ले रहे हैं है भाईयांगा क्योंकि सप्ताह बड़ी भाई अनमाला एक मिनट सेकंड की भी मरोड़ निभाई का है और दूसरी बात भी रह गई है कल ले करण वाले हैं भाई अच्छा काम भी तो है सामने सारा सामने इतना जेड तक भाई ले भाई इस तो बड़ी बात और के होगी तो फिलहाल इन नुकाग दिक्कत साधे होगी मीतपोश की फिलहाल एकदम कुकरी जिम आई आज भाई जी नु ए बढ़िया परिवार मिल गया हां ਵਿਚਾਰ ਵੀ ਮਿਲ ਗਏ ਸੰਸਕਾਰ ਵੀ ਮਿਲ ਗਏ ਫਿਰ ਮੇਰੇ ਮੇਨ ਨੂੰ ਇਹਦੀ ਬੇਟਾ ਨੂੰ ਗਈ ਤੋਂ ਲੜਕੀ ਪਸੰਦ ਆਏਗੀ ਮੇਰਾ ਮਾ ਚਲੋ ਪਸੰਦ ਆਏਗੀ ਜੀ ਤੇਰਾ ਕੋਈ ਬਾਤ ਨਹੀਂ ਕਿਉਂਕਿ ਮਾਪੇ ਆਪ ਖਤਰੋ ਜੀਵਾ ਪਿਆਰ ਇਹ ਮੈਂ ਲਿਓ ਇਹ ਮੈਂ ਬੜੀ ਏਜ ਕੀ ਹੋ ਰਹੀ ਮੰਮੀ ਥੋੜੀ ਮਤਲਬ 55 55 ਸਾਲ ਦੀ ਤੋਂ ਵਾਹ ਬਾਤ ਆ ਬੇ ਖੁਦ ਨੂੰ ਖਾਸਤਾ ਪਤਨ ਕੀ ਬਾਤ ਹੋ ਜਾਵੇ ਕੱਲ ਨੂੰ ਤੋਂ ਉਹ ਵੀ ਡਰ ਲੱਗ ਗਿਆ ਉਹ ਚੀਜ਼ਾਂ ਦਾ ਵੀ ਤੋਂ ਇਸ ਕਰਕੇ ਮੈਂ ਮੰਮੀ ਕੀ ਇੱਛਾ ਵੀ ਪੂਰੀ ਕਰਨੀ ਸੀ ਉਹ ਜ਼ਰੂਰੀ ਹੈ ਹਾਂ ਬਿਲਕੁਲ ਜ਼ਰੂਰੀ ਹੈ ਦੇਖੋ ਆਪੇ ਉਂਜੀ ਤੇ ਪਕੜੇ ਖੜੇ ਹੋ ਜਾ ਫਿਰ 10 ਲੱਖ ਸਬਸਕ੍ਰਾਈਬਰ ਕਰਾਉਂ 10 ਲੱਖ ਹੋਵੇ ਨਹੀਂ ਉਹ ਵਿਆਹ ਕਰਾਉਂ ਆ ਦੋ ਤਿੰਨ ਸਾਲ ਹੋਰ ਲਿਗੜ ਜੇ ਕੰਮ ਕਵਰ ਹੈ ਔਰ ਦੋ ਤਿੰਨ ਸਾਲ ਬਾਅਦ ਸਜਣੇ ਕਾਮਯਾਬ ਹੋ ਜਾ ਫਿਰ ਉਂਜੀ ਕਰਦਾ ਆਦਮੀ ਫਿਰ ਸੋਚਣਾ ਕਾਮਯਾਬ ਰਹੇ ਕਿ <laughs> <था। laughs> बट टाइम निकलेगी फिर हाँ बिलकुल अच्छा लव मैरिज करिए अरेंज मैरिज हुई है अरेज मैरिज हो जाए भाई साहब अरेजुल है, बिलकुल व्यवस्थित तरीके से दोनों परिवारों की सहमति से मम्मी ने लड़की पसंद करी और लड़की की मम्मी ने मैं पसंद कर

ਹਾਂ ਇਹ ਸੇ ਮੋਡਲ ਇਸੇ ਦਾ ਅੱਛਾ ਜੋ ਇਹ ਬੀ ਇੱਕਦਮ ਆਪਣਾ ਗਾਣਾ ਕਾਇਲਾ ਹੈ ਜੀ ਇਹ ਇੱਕਦਮ ਪੱਕੀ ਹੁੰਦੀ ਆ ਕੁਕਜੀ ਮਾਈ ਗਾਣ ਵਾਲੀ ਗੱਲੇ ਇਹ ਭਾਈ ਸਾਹਿਬ ਮੈਂ ਮਤਲਬ ਜੋ ਸਟੂਡੀਓ ਵਗੈਰਾ ਹੈ ਸਾਰੇ ਯਾਰ ਦੋਸਤ ਹੈ ਕੈਮਰਾ ਵਾਲੇ ਤੋਂ ਇੱਕਦਮ ਆਪਣਾ ਘਰ ਦਾ ਸੁੱਦਾ ਸਾਰਾ ਭਾਈ ਘਟਦੇ ਹੀ ਕੰਮ ਕਰਦੇ ਆ ਚਟਮੰਗਣੀ ਪਟਬਿਆ ਇੱਕ ਵਾਰ ਅਮੀਤ ਬੋਸ ਥਣੋ ਕੁਝਾ ਕਰਦਾ ਨੱਚਦਾ ਇੰਸਟਾਗ੍ਰਾਮ ਬਹਰ ਇੱਕ ਚੀਜ਼ ਕਰਦਾ ਜੀ ਅਨੂ ਅਗਰੇ ਬਿਆਹ ਪਸਾ ਆਦਮੀ ਥੋੜਾ ਬੰਦ ਜ ਹੈ ਇਹ ਵਲ ਲਗਾਮ 걸 ਹੈ ਕਿ ਨੂੰ ਚੱਲ ਲਗਾ ਨ ਨੂੰ ਚੱਲਦਾ ਬਈ ਡਬਲ ਚੱਲ ਲਗਾ ਸੀ ਤੁਹਾਨੂੰ ਦਿੱਕਤ ਨਹੀਂ ਹਾਂ ਆਪਣਾ ਕੰਮ ਤੇ ਕੋਈ ਫਰਕ ਨਹੀਂ ਪड़ਦਾ ਯਾਰ ਦੇਖੋ ਆਪਣੇ ਸੁਪਨੇ وہی ਚੀਜ਼ਾਂ ਹੈ ਇਹ ਮੈਨੂੰ ਕਈ ਜਣੇ ਵੀ ਰਹੇ ਕਿ ਸਾਥ ਦਿਓ ਜਿਹੜਾ ਵੀਡੀਓ ਬਣਾਣਾ ਕੰਮ ਕਰਦੇ ਹੈ ਜਾਂ ਫਿਰ ਆਪਣਾ ਘਰ ਹੀ ਪੜੇ ਰਹਾ ਉਹ ਕੰਮ ਨਹੀਂ ਆਪਣਾ ਭਾਈ ਪਹਿਲਾਂ ਜਿਆਪੇ ਮੈਨਲੇ 100% ਮਿਹਨਤ ਕਰੇ ਅਗਰ ਦੇਣੀ ਬਾਜ਼ਾਰ ਪਰਸੈਂਟ ਕਰਾਂਗੇ ਕਿਉਂਕਿ ਵਾਹ ਬਾਤ ਹੈ ਜ਼ਿੰਮੇਵਾਰੀ ਤਾਂ 19 ਸਾਲ ਦੀ ਉਮਰ ਮੈ ਗਈ ਧੀ ਲੇਕਿਨ ਇਹ ਦਾ ਹੋਗਾ ਅੱਛਾ ਜੋ ਮਰੀ ਬਾਬੀ ਆਉਗੀ ਉਹ ਵੀ ਕੁਛ ਇਸਮੇ ਵਲੌਗ ਟਾਈਪ ਮੇ ਆਵਗੀ ਕਿ ਇਸ ਤੋਂ ਉਸੇ ਦੂਰ ਰੱਖੋਗੇ ਇਸੇ ਬਈ ਐਸੀ ਜੋੜੀ ਬਣਾਈ ਨਾ ਉਹ ਵਲ ਲੈਵਲ ਦੀ ਨੂੰ ਬਰਾਬਰ ਮੈਂ ਡਾਂਸ ਬਰਾਬਰ ਮੈਂ ਡਾਇਲੋਗ ਨੂੰ ਤੜਕਾ ਦਾ ਸੋਦਾ ਚੱਲਣਾ ਅੱਛਾ ਜੁਗਰਾ ਮੈਂ ਤਾਂ ਬੋਲਦਾ ਦੂਮ ਪਹਿਲਾਂ ਮਿਠਾ ਰੱਖੀ ਤਰਾ ਅੱਗੇ ਨੂੰ ਠੰਡਾ ਚੱਲੇਗਾ ਬਿਲਕੁਲ ਹੈ ਜੁਗਰਾ ਬਜੰਪ ਮਾਰਾ ਨਹੀਂ ਉਹ ਡਬਲ ਜੰਪ ਮਾਰਾ ਇਹ ਉੱਪਰ ਜਮਾ ਉੱਪਰਲੀ ਟੋਕੀ ਲਿਆ ਹੁੰਦੀ ਹੈ ਬਿਲਕੁਲ ਬਰੇ ਕੇ ਬਾਅਦ ਐਸੀ ਕਹਿ ਦਿਆਂਗੇ ਯਾਰ ਅੱਛਾ ਅੱਛਾ ਮਤਲਬ ਜੈਸੀ ਸੰਗਤ ਵੈਸੀ ਸੋਭਾ ਜੈਸੀ ਆਪ ਐਸੀ ਕਾਮਾਂਗੇ ਸਾਫ ਸੁਥ आजकल टेंशन इतनी हो रही है भाई साहब नजायज मात्रा में ठीक है तो वो टेंशन दूर करने के लिए आप एक खुद की जो एक हंसी मजाक का रूप में तो वो चीज बहुत जरूरी है आज के टाइम में साफ सुथरा काम करो यार अच्छा जुगरा आजकल का जमाना देख नहीं सारे भाईनु बाट देखते अमित तो बस तो लव मैरिज करेगा लेकिन ओमित बोस ने जमगर कहंगी पूरी सलामत लेके और पक्की करी है इस बारे में क्या कांड सा हो गया देखो जी मेरे पिताजी 8.5 साल पहले एक्सपायर हो गए थे दिलवा कुंडू जी उनकी दया से आज जिंदगी चल रही है आज, आज वो स्वर्ग मापिंद रख में तो उनके प्यार मोहब्बत है और अपने अपना आशीर्वाद से ही आपे आज दुनियादारी में कुछ ना कुछ कर रहे हैं उनके संस्कार नहीं होते तो इतनी बात वहां भी गिनती है तो 1 रुपए की शादी ली है उन्होंने कहा था कि बेटा नाम इज्जत कमाइए 1 रुपए की शादी ली तो इस, उनके नक्शे कदम पे मार्ग पे चलते हुए उनके प्रेरणा स्त्रोत के रूप में चलते हुए पे काम कर रहे हैं अच्छा ज्यादा लंबी बात नहीं करेंगे भाई क्योंकि मेरा भाई शादी है कल की है इंटरव्यू तो शादी के बाद में करांगे बहुत करांगी लेकिन लास्ट में जो हमारे दर्शक उनकी कई मैसेज देना चाहोगे दर्शकों को ये कहना चाहता हूँ एक रुपये की शादी करो बहुत जमा किसी पर खुद का दम दम्पा जिंदगी जियो पहला प्राउड फील होगा भाई खुद का दम पा कर जो कर दूसरा का दम्पा चल लो तो गुलामी करनी पड़ेगी और गुलामी वाली जिंदगी तो चाहे करोड़पति और अपति हो तो फिर जिंदगी होती है वो तो बंधन हो जाएगी तो खड़तल रहो विश्वास ਪਾਤਰ ਬਣਾਓ ਔਰ ਮੰਨ ਲੇ ਬਿਚੋਲੇ ਵੀ ਬਹੁਤ ਸਾਰੇ ਝੂਠ ਬੋਲਦੇ ਆ ਭਾਈ ਉਹ ਕੰਮ ਨਾ ਕਰੋ ਖੜ ਡੰਕਾ ਹੀ ਚੋਟ ਪਰ ਖੜਤ ਲਾਇਆ ਮੈਂ ਮਨੇ ਸਾਰੀ ਬਾਤ ਪੁੱਛੀ ਔਰ ਸਾਰੀ ਬਾਤ ਮਨੇ ਕਹੀ ਮੈਨੇ ਖੋਲ ਗਏ ਜਿਤ ਪਸੰਦ ਆਏ ਤੋ ਠੀਕ ਹੈ ਆਪਨੇ ਵੀ ਇਹ ਕੰਮ ਕਰਨਾ ਚਾਹੀਦਾ ਨਹੀਂ ਪਸੰਦ ਆ ਤੋ ਆਪਣਾ ਉਹ ਵੀ ਦਿਨ ਉਨ੍ਹਾਂ ਵੀ ਦਿਨ ਨਿਵਾਦ ਆ ਆਪਕਾ ਵੀ ਦਿਨ ਪਹਿਲੀ ਬਾਰ ਇਸਾ ਹੋਵਗਾ ਅਜ ਤੱਕ ਇੱਕ ਤੇ ਇੱਕ ਕਲਾਕਾਰੋ ਲਿਆ ਇੱਕ ਤੇ ਇੱਕ ਮਤਲਬ ਹੈ ਹਾਂ ਅਰਪਤੀ ਹੋ ਲਿਆ ਇੱਕ ਤੇ ਕੰਦਕ ਵੰਦ ਆਦਮੀ ਹੋ ਲਿਆ ਠੀਕ ਹੈ ਜਿਤਨੇ ਆਪਣਾ ਵਿਆਹ ਮੈਂ ਯੂਟਿਊਬਰ ਆਵਾਂਗੇ ਨਹੀਂ ਅੱਜ ਤੱਕ ਕਿਸੇ ਦਾ ਵਿਆਹ ਮੈਂ ਨਾ ਤੋ ਆਇ ਨਾ ਆਇ ਸਕਦੇ ਮਤਲਬ ਅੰਤਾਜ਼ਾ ਕਿਤਨਾ ਕ ਉਹ 550 600 ਯੂਟਿਊਬਰ ਬਾਈ ਸਾਹਿਬ ਪੂਰੀ ਫੈਮਿਲੀ ਹੈ ਹਾਂ ਹਾਂ ਦੇਖ ਲਓ ਬਾਈ ਬਾਈ ਸਾਰਾ ਕਮਾਇਆ ਅਮਿਤ ਬੋਸ ਨਾਲ ਲੱਕਾ ਬਾਈ ਸਾਰਾ ਔਰ ਯੋ ਹੀ ਤਿਆਗ ਲੈ ਕੇ ਬੜਨ ਲੱਗ ਰਿਹਾ ਹੈ ਅਮਿਤ ਬਾਈ ਦਾ ਬਹੁਤ ਬਹੁਤ ਧੰਨਵਾਦ ਔਰ ਬੜਿਆ ਬਹੁਤ ਬੜਿਆ ਸੋਚ ਲੈ ਰਿਹਾ ਬਾਈ ਬਾਈ ਸਾਰਾ ਨਾਲ ਗੱਲਾਂ ਰੱਖ ਕੇ ਚੱਲ ਰਿਹਾ ਹੈ ਤੋਂ ਆਪ ਕਾ ਵੀ ਵੀਡੀਓ ਕਿਸ ਪ੍ਰਕਾਰ ਕੀ ਲੱਗ ਗਿਆ ਆਪ ਆਪਣੇ ਰਾਏ ਕਮੈਂਟ ਮੇ ਛੋੜ ਦਿਓ ਤੇ ਵੀਡੀਓ ਨਾਲ ਜਵਾਨ ਨੂੰ ਫਟੂਰਾ ਠਾਹ ਦਿਓ ਜੁਕਰ ਬਾਹੀ ਕੀ ਤੜਕੇ ਸਾਦੀ ਮੇ ਫਟੂਰਾ ਉੱਠਗਾ ਨਹੀਂ ਤਾਂ ਮੈਂ ਵੀਡੀਓ ਨਾਲ ਸ਼ੇਅਰ ਕਰਨ ਦਾ ਫਟੂਰਾ ਠਾਹ ਦਿਓ ਵੀਡੀਓ ਕਾ ਆਪ ਐਡ ਐਂਡ ਕਰਾਂਗੇ ਜੈ ਜਵਾਨ ਜੈ ਕਿਸਾਨ